ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਗਣਤੰਤਰ ਦਿਵਸ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਐਸਪੀਡੀ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੇ ਇਲਾਕੇ ਵਿੱਚ ਗਣਤੰਤਰ ਦਿਵਸ ਨੂੰ ਮੁੱਖ ਰੱਖਦਿਆਂ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ, ਜਿਸ ਤੋਂ ਬਾਅਦ ਬੱਸ ਸਟੈਂਡ ਤੇ ਹੋਰ ਜਨਤਕ ਥਾਵਾਂ ਤੇ ਵੀ ਸਰਚ ਅਭਿਆਨ ਚਲਾਇਆ ਜਾਵੇਗਾ ਤੇ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਨੇ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪੂਰੀ ਮੁਸਤੈਦੀ ਅਤੇ ਚੌਕਸੀ ਨਾਲ ਇਲਾਕੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਗਣਤੰਤਰ ਦਿਵਸ ਦੇ ਮੱਦੇਨਜ਼ਰ ਜਿਹੜੀ ਇਹ ਰੇਲਵੇ ਸਟੇਸ਼ਨ ਦੀ ਚੈਕਿੰਗ, ਹੋਰ ਭੀੜ ਭੜਕੇ ਵਾਲੀਆਂ ਚੀਜ਼ਾਂ, ਇਹ ਸਾਰੀਆਂ ਜਿਹੜੀ ਹੈਗੀਆਂ ਵੈਸੇ ਰੂਟੀਨ ਨਾਲ ਸਾਡੀ ਚੱਲਦੀ ਰਹੀਆਂ, ਹੁਣ ਥੋੜ੍ਹਾ ਅਸੀਂ ਜ਼ਿਆਦਾ ਧਿਆਨ ਦੇ ਨਾਲ ਜਿਹੜੀ ਚੈਕਿੰਗ ਕਰਦੇ ਹਾਂ। ਬਾਕੀ ਸਾਡਾ ਠੀਕ ਠਾਕ ਅਮਨ ਅਮਾਨ ਰਹੇਗਾ ਅਤੇ ਸਾਡੇ ਵੱਲੋਂ ਪੂਰੀ ਮੁਸਤੈਦੀ ਨਾਲ ਸਾਰੀ ਨਿਗਰਾਨੀ ਕਰੀ ਜਾ ਰਹੀ ਹੈ। 26 ਜਨਵਰੀ ਲੈ ਕੇ ਕੋਈ ਗਾਰਡ ਦੇ ਵਧਾਈ ਹੋਵੇ ਜਾਂ ਕੋਈ ਜਿੱਦਾਂ ਦੀ ਗਾਰਡ ਡੈਫੀਨੇਟ, ਉਹਦੇ ਨਾਲ ਫਰਕ ਤਾਂ ਪੈਂਦਾ ਹੀ ਆ, ਬਿਲਕੁਲ ਵਧਾਇਆ। ਬਾਕੀ ਰੂਟੀਨ ਦੀ ਜਿਹੜੀ ਚੈਕਿੰਗ ਆ ਉਹ ਸਾਡੀ ਚੱਲਦੀ ਆ। ਸਰ ਅੱਜ ਕਿੱਥੇ ਕਿੱਥੇ ਚੈਕਿੰਗ ਕੀਤੀ ਗਈ, ਕਿਹੜੇ ਇਲਾਕੇ? ਅੱਜ ਰੇਲਵੇ ਸਟੇਸ਼ਨ ਅਤੇ ਬਾਕੀ ਨਾਕੇ ਵੀ ਲੱਗੇ ਹੋਏ ਸੀ, ਜਿਹੜਾ ਹੈਗਾ ਸਾਰੇ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਸੀਟਿੰਗ ਪੁਆਇੰਟ ਵਗੈਰਾ ਹੈਗੇ ਨੇ ਸਾਰੇ ਕਵਰ ਕੀਤੇ ਜਾ ਰਹੇ ਨੇ ਟਾਈਮ ਟੂ ਟਾਈਮ। ਇਹਨਾਂ ਤੋਂ ਇਲਾਵਾ ਡੌਗ ਸਕੁਐਡ ਦੀ ਟੀਮ ਵੱਲੋਂ ਚੈਕਿੰਗ ਕੀਤੀ ਗਈ। ਪੁਲਿਸ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਜਾਂ ਕੋਈ ਲਾਵਾਰਸ ਸਮਾਨ ਦਿਖਾਈ ਦਿੰਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ। ਫਤਿਹਗੜ੍ਹ ਸਾਹਿਬ ਤੋਂ ਵਿਪਨ ਬੀਜਾ, ਜਗਬਾਣੀ ਟੀਵੀ।